बिस्मिल्लाहिर्रहमानिर्रहीम। अस्सलाम वालेकुम। मैं उम्मीद करना कि सारे ठीक ठाक हो गए। अल्लाह के फजल करम दे नाल आइटम लोड करने शुरू ते आज थोड़े नाल शेयर करने आ सौदी दे रूटीन दे बारे च। असीं रोजाना की करने आ, उठ के सुबह उठने आ, फुटबॉल पढ़ के आए आज थोड़े नाल सारी रूटीन शेयर करने आ। असीं की सुबह उठ के करने आ, ਕਿਹੜੇ ਕੰਮ ਤੋਂ ਸ਼ੁਰੂ ਕਰਨੇ ਆ, ਅਸੀਂ ਕਿੰਨੇ ਵਜੇ ਉੱਠਦੇ ਹਾਂ, ਕਿੰਨੇ ਵਜੇ ਕੰਮ 'ਤੇ ਜਾਂਦੇ ਹਾਂ, ਕੀ ਕਰਨੇ ਆ, ਕਿੰਨੇ ਵਜੇ ਵਾਪਸ ਆਉਂਦੇ ਹਾਂ। ਅਤੇ ਇਨਸ਼ਾਅੱਲਾ ਮੈਂ ਤੁਹਾਨੂੰ ਸਾਰਾ ਸ਼ੇਅਰ ਕਰਾਂਗੇ। ਮਨਮਾਨ ਪੜ੍ਹ ਕੇ ਆਇਆ ਅਤੇ ਆ ਕੇ ਮੈਂ ਚਲੋ ਛੋਟਾ ਜਿਹਾ ਵਲੋਗ ਬਣਾ ਲਈਆ। ਅਤੇ ਅੱਜ ਮੌਸਮ ਬਹੁਤ ਪਿਆਰਾ, ਬੜੀ ਅੱਛੀ ਹਵਾ ਚੱਲਦੀ ਹੈ, ਬਹੁਤ ਠੰਡੀ ਹਵਾ ਆਇਆ ਅੱਜ ਬਹੁਤ ਭਾਰੀ ਮੌਸਮ 'ਚ। ਅਤੇ ਦੇਖੋ ਸਾਰੀਆਂ ਗੱਡੀਆਂ ਖਲੋਤੀਆਂ ਨੇ, ਚੈੱਕ ਕਰੋ ਠੀਕ। ਅੱਧੇ ਘੰਟੇ ਬਾਅਦ ਕੋਈ ਗੱਡੀ ਨਹੀਂ ਨਜ਼ਰ ਆਉਣ ਲਈ, ਅਤੇ ਸਾਰਿਆਂ ਨੇ ਕੰਮ 'ਤੇ ਤੁਰ ਜਾਣਾ ਅੱਧੇ ਘੰਟੇ ਬਾਅਦ। ਚੈੱਕ ਕਰੋ ਪਿੱਛੇ ਹੈ ਸਕੂਲ ਜੇ, ਇੱਥੇ ਸਾਡੀ ਰੈਸ਼ ਦੇ ਸਾਹਮਣੇ ਹੀ ਹੈ, ਪਿੱਛੇ ਸਾਰਾ ਖੁੱਲ੍ਹਾ ਏਰੀਆ। ਅਤੇ ਬਹੁਤ ਅੱਛਾ ਮੌਸਮ ਹੈ, ਬੜੀ ਅੱਛੀ ਹਵਾ ਚੱਲਦੀ ਹੈ ਅੱਜ। ਅਤੇ ਠੀਕ, ਅੱਧੇ ਘੰਟੇ ਬਾਅਦ ਸਾਡਾ ਵੀ ਠੇਕੇਦਾਰ ਆ ਜਾਣਾ, ਗੱਡੀ ਆ ਜਾਣੀ, ਸਮੇਂ ਕੰਮ ਨੂੰ ਨਿਕਲ ਜਾਣਾ। ਮੈਂ ਵੀ ਇੰਤਜ਼ਾਰ 'ਚ ਬੈਠੀ ਹਾਂ। ਦੋ ਵਜੇ ਠੇਕੇਦਾਰ ਸਾਡਾ ਆ ਗਿਆ ਅਤੇ ਹੁਣ ਅਸੀਂ ਜਾ ਰਹੇ ਹਾਂ, ਜਾ ਕੇ ਚਲੋ ਨਾਸ਼ਤਾ ਕਰਦੇ ਹਾਂ। ਜਾ ਰਿਹਾ ਹੁਣ ਕੰਮ 'ਤੇ, ਮੈਂ ਪੰਪ ਹੋਟਲ ਵਿੱਚ ਜਿੱਥੇ ਨਾਸ਼ਤਾ ਕੀਤਾ। ਹੁਣ ਜਾ ਰਿਹਾ ਆਪਣੇ ਕੰਮ 'ਤੇ, ਆਪਣੇ ਬਿਲਡਿੰਗ 'ਤੇ। ਥੋੜ੍ਹਾ ਜਿਹਾ ਬਿਲਡਿੰਗ 'ਤੇ ਆਪਣੀ ਕੋਠੀ ਦੇ ਕੰਮ ਜਿੱਥੇ ਤਾਂ ਕਰਨਾ ਬਿਲਡਿੰਗ, ਸਾਰੀਆਂ ਬਿਲਡਿੰਗਾਂ ਨਵੀਆਂ ਬਣਦੀਆਂ ਨੇ ਪਈਆਂ। ਚੈੱਕ ਕਰੋ, ਇਹ ਤਿਆਰ ਹੋ ਗਈ ਬਿਲਡਿੰਗਾਂ, ਇਹ ਪਲਸਤਰ ਹੁੰਦੀਆਂ ਨੇ, ਕੋਈ ਬਣਦੀਆਂ ਨੇ ਪਈਆਂ, ਇਹਨਾਂ ਦਾ ਅੰਦਰੋਂ ਕੰਮ ਰਹਿੰਦਾ। ਇਹ ਸਾਰੀ ਬਿਲਡਿੰਗ ਇੱਥੇ ਬੇ ਬਾ ਬਿਲਡਿੰਗ, ਤੁਹਾਨੂੰ ਅੰਦਰੋਂ ਵਿਖਾਉਂਦੇ ਹਾਂ। ਬਾਕੀ ਆ ਕੇ ਖਾਂਦੇ ਹਾਂ ਬਾਹਰੋਂ, ਇੱਕ ਵਾਰੀ ਪਾਣੀ ਲੈ ਆਈਏ। ਇੱਕ ਫਰੀਜ਼ਰ ਲੱਗਾ ਹੋਇਆ, ਉੱਥੋਂ ਪਾਣੀ ਲੈ ਆਈਏ, ਨਾਲ ਤੁਹਾਨੂੰ ਖਾਂਦੇ ਹਾਂ। ਇੱਥੇ ਦਾ ਮਾਹੌਲ ਜਿਹੜੀਆਂ ਨੇ ਨਾ, ਇਹ ਛੋਟੇ ਛੋਟੇ ਮਕਾਨ ਜਿਹੜੇ ਨੇ ਗੌਰਮੈਂਟ ਇਹਨਾਂ ਗਰੀਬਾਂ ਨੂੰ ਦੇਣੇ ਨੇ ਮਕਾਨ, ਛੋਟੇ ਛੋਟੇ ਜਿਹੜੇ ਨੇ ਕਿਸ਼ਤਾਂ ਦੇ ਦੇ ਦੀ ਇਹਨਾਂ ਨੂੰ ਗਰੀਬਾਂ ਨੂੰ। ਇਹਨਾਂ ਨੂੰ ਗੌਰਮੈਂਟ ਨੇ ਫਰੀ ਜਗ੍ਹਾ ਦਿੱਤੀ ਹੈ ਅਤੇ ਗੌਰਮੈਂਟ ਹੀ ਇਹਨਾਂ ਨੂੰ ਪੈਸੇ ਦਿੰਦੀ ਹੈ, ਰਸਤਾ ਰਸਤਾ ਇਹਨਾਂ ਕਿਸ਼ਤਾਂ ਦੇ ਪੈਸੇ ਲਾਉਣੇ ਨੇ। ਸੁਡਾ ਨਹੀਂ ਲੱਗੇ ਆ, ਪਾਣੀ ਲਾਉਂਦਾ ਹੈ। ਸਾਰੀ ਬਿਲਡਿੰਗ ਆ ਗਿਆ ਸਾਡਾ ਜਿਹੜਾ ਪਾਣੀ ਹੈ, ਤੁਹਾਨੂੰ ਪਾਣੀ ਵਹਾਨੇ ਆ, ਕਾਹਦੇ 'ਚ ਪਏ ਆ ਪਾਣੀ। ਤੇਰਾ ਬੰਦਾ ਲੀ ਲੱਗੇ ਨੇ ਬਿਲਡਿੰਗ ਦੇ ਅੰਦਰ ਪਾਈਪ ਕਰਦੇ ਨੇ। ਤੇਰਾ ਸਾਡਾ ਆ ਗਿਆ ਪਾਣੀ ਟੈਂਕੀ, ਇਹਦੇ ਉੱਤੇ ਘੜੇ ਲੱਗੇ ਨੇ, ਘੜਿਆਂ 'ਚ ਪਾਣੀ ਹੈ ਅਤੇ ਬੜਾ ਮਜ਼ੇ ਦਾ ਪਾਣੀ ਹੈ। ਅੱਜ ਉੱਥੋਂ ਵੀ ਲੈ ਕੇ ਆਉਂਦੇ ਹਾਂ, ਦੁਕਾਨ 'ਤੇ ਜਾਂਦੇ ਹਾਂ ਲੈ ਵੀ ਦੇ, ਅਤੇ ਅੱਜ ਯਾਦ ਨਹੀਂ ਰਿਹਾ ਤਾਂ ਅਜੇ ਇੱਥੇ ਭਰਨਾ।
ਇਜ਼ਾਨ ਹੋਣੀ ਵਾਲੀ ਸ਼ਾਮ ਦੀ, ਮਗਰਬ ਦੀ ਇਜ਼ਾਨ ਹੋਣ ਵਾਲੀ ਹੈ। ਨਹਾ ਧੋ ਕੇ ਫਰੈਸ਼ ਹੋ ਕੇ ਤੇ ਬੈਠੇ ਹਾਂ। ਬਾਕੀ ਮਜ਼ੀਦ ਜਿਹੜਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ, ਬਹੁਤ ਸ਼ੁਕਰੀਆ ਸਭ ਦਾ। ਬਾਕੀ ਇਨਸ਼ਾਅੱਲਾ ਅੱਲਾ ਪਾਕ ਤੁਹਾਨੂੰ ਆਪਣੇ ਸਮਾਨ 'ਚ ਰੱਖਿਓ, ਅਤੇ ਬਾਕੀ ਇਨਸ਼ਾਅੱਲਾ ਮਿਲਾਂਗੇ ਅਗਲੇ ਵਲੌਗ 'ਚ।